ਨਸ਼ਿਆਂ ਦੇ ਪਦਾਰਥ ਨੇ ਨਾ ਜਿੰਨਾ ਪਿੱਛੇ ਮਨੁੱਖ ਦਰ ਦਰ ਭਟਕਦਾ ਫਿਰਦਾ, ਜਿਹੜੇ ਜੀਵਨ ਨੂੰ ਬਰਬਾਦ ਕਰਨ ਵਾਲੀਆਂ ਜ਼ਹਿਰਾਂ ਨੇ ਜਿਨ੍ਹਾਂ ਦੇ ਪਿੱਛੇ ਮਨੁੱਖ ਦਿਨ ਰਾਤ ਦੌੜਿਆ ਫਿਰਦਾ ਹੈ। ਗੁਰੂ ਕਹਿੰਦੇ ਨੇ ਜਦੋਂ ਉਹ ਪ੍ਰਭੂ ਨਾਲ ਜੁੜਦੇ ਨੇ ਨਾ, ਰੱਬ ਦੇ ਪਿਆਰੇ ਇਕੱਠੇ ਹੁੰਦੇ ਨੇ, ਉਦੋਂ ਉਹ ਸਮਝਦੇ ਨੇ ਸਾਨੂੰ ਸਾਰੇ ਹੀ ਪਦਾਰਥ ਮਿਲ ਗਏ ਨੇ, ਹੋਰ ਕਿਸੇ ਚੀਜ਼ ਦੀ ਲੋੜ ਹੀ ਨਹੀਂ। ਉਹ ਨਿਰਵਿਖਈ ਹੋ ਜਾਂਦੇ ਨੇ, ਉਹ ਫਿਰ ਉਹ ਜ਼ਹਿਰ ਦੇ ਪਦਾਰਥਾਂ ਦੇ ਪਿੱਛੇ ਨਹੀਂ ਦੌੜਦੇ। ਦਰਸ਼ਨ ਵੇਖ ਭਏ ਨਿਰਵਿਖਈ, ਪਾਏ ਹੈ ਸਗਲੇ ਥੋਕ, ਪਾਏ ਹੈ ਸਗਲੇ ਥੋਕ, ਆਨ ਬਸਤ ਸਿਓ ਕਾਜ ਨਾ ਕਛੂਏ। ਉਹ ਹੋਰ ਕਿਸੇ ਵਸਤੂ ਨਾਲ ਸੰਸਾਰਕ ਜ਼ਹਿਰ ਦੁਨੀਆਂ ਦੇ ਪਦਾਰਥ ਕਿਸੇ ਲੋਭ ਲਾਲਚ ਵਿੱਚ ਫਸਦੇ ਹੀ ਨਹੀਂ। ਆਨ ਬਸਤ ਸਿਓ ਕਾਜ ਨਾ ਕਛੂਏ। ਸੁੰਦਰ ਬਦਨ ਅਲੋਕ, ਜਦੋਂ ਗੁਰੂ ਕਹਿੰਦੇ ਨੇ ਮੈਂ ਉਹਨਾਂ ਦਾ ਸਰੂਪ ਦੇਖਣਾ, ਮੈਨੂੰ ਸੁੰਦਰ ਬਦਨ ਅਲੋਕ ਦਿਸਦੇ ਨੇ, ਮਹਾਨ ਨੇ, ਪਵਿੱਤਰ ਨੇ, ਜਿਹੜੇ ਸੰਸਾਰਿਕ ਲੋਭ ਲਾਲਚ ਤੋਂ ਉੱਚੇ ਉੱਠ ਕੇ ਕੇਵਲ ਰੱਬ ਨਾਲ, ਕੇਵਲ ਪ੍ਰਭੂ ਨਾਲ, ਕੇਵਲ ਗੁਰੂ ਨਾਲ ਜੁੜ ਕੇ ਆਪਾਂ ਗੁਰੂ ਨੂੰ ਸਮਰਪਿਤ ਕਰਦੇ ਨੇ। ਲਓ ਹੁਣ ਆਖਰੀ ਤੁਕ ਹੈ, ਸੂਰਦਾਸ ਰਿਜ਼ਲਟ ਦਿੰਦਾ ਤੇ ਗੁਰੂ ਸੂਰਦਾਸ ਨੂੰ ਮੁਖਾਤਬ ਕਰਕੇ ਇੱਕ ਫੈਸਲਾ ਦਿੰਦੇ ਨੇ। ਕਹਿੰਦੇ ਨੇ ਜਿਹੜੀ ਮੈਂ ਪਹਿਲੀ ਗੱਲ ਆਖੀ ਸੀ ਨਾ ਕਿ ਛਾੜ ਮਨ ਹਰ ਬੇਮੁੱਖਣ ਕੋ ਸੰਗ, ਉਹ ਕਿਉਂ ਆਖੀ ਸੀ ਤੇ ਦਰਮਿਆਨ ਵਿੱਚ ਸਾਰੀ ਗੱਲ ਰੱਬ ਦੇ ਪਿਆਰਿਆਂ ਦੀ ਕੀਤੀ, ਜਿਹੜੇ ਬੇਮੁੱਖਾਂ ਦਾ ਸੰਗ ਛੱਡ ਕੇ ਰੱਬ ਨਾਲ ਜੁੜਦੇ ਨੇ ਉਹਨਾਂ ਦੀ ਗੱਲ ਕੀਤੀ ਸੀ ਕਿ ਉਹ ਹਰ ਕੇ ਸੰਗ ਬਸੇ ਹਰ ਲੋਕ, ਉਹ ਰੱਬ ਨਾਲ ਜੁੜ ਕੇ ਰਹਿੰਦੇ ਨੇ। ਕਹਿਣ ਲੱਗੇ ਮੈਂ ਬੇਮੁੱਖਾਂ ਦੀ ਸੰਗਤ ਕਰਨ ਵਾਲੇ ਕੇਵਲ ਲੋਭ ਲਾਲਚ ਤੇ ਸੰਸਾਰਿਕ ਵਿਖਈ ਜ਼ਹਿਰ ਦੇ ਪਦਾਰਥਾਂ ਨਾਲ ਸੰਬੰਧ ਰੱਖਣ ਵਾਲੇ ਜਿਹੜੇ ਲੋਕ ਨੇ ਉਹਨਾਂ ਨੂੰ ਮੈਂ ਜਦੋਂ ਦੇਖਣਾ, ਇੱਕ ਪਾਸੇ ਹਰੀ ਕੇ ਸੰਗ ਵਸਣ ਵਾਲੇ ਲੋਕਾਂ ਨੂੰ ਦੇਖਣਾ ਤੇ ਮੈਨੂੰ ਦਿਸਦੇ ਨੇ ਸੁੰਦਰ ਬਦਨ ਅਲੋਕ, ਤੇ ਦੂਜੇ ਪਾਸੇ ਬੇਮੁੱਖਾਂ ਤੇ ਬੇਮੁੱਖਾਂ ਦੀ ਸੰਗਤ ਵਿੱਚ ਬੈਠੇ ਹੋਏ ਲੋਕਾਂ ਨੂੰ ਵੇਖਣਾ ਤੇ ਉੱਥੇ ਮੈਨੂੰ ਕੀ ਦਿਸਦਾ। ਲਓ ਇਹ ਆਖਰੀ ਤੁਕ ਦਾ ਫੈਸਲਾ ਜੀ ਇਸ ਸ਼ਬਦ ਦਾ। ਕਹਿੰਦੇ ਨੇ ਸ਼ਿਆਮ ਸੁੰਦਰ ਤਾਜ ਆਨ ਜੋ ਚਾਹਤ, ਬੜਾ ਧਿਆਨ ਨਾਲ ਫੈਸਲਾ ਸੁਣਨਾ ਹੈ। ਮੈਂ ਕੀਤੀ ਸੀ ਸੂਰਦਾਸ ਦਾ ਸ਼ਬਦ ਹੈ ਔਰ ਗੁਰੂ ਅਰਜਨ ਪਾਤਸ਼ਾਹ ਤੇ ਸੂਰਦਾਸ ਦਾ ਸਾਂਝਾ ਸ਼ਬਦ ਹੈ ਔਰ ਇੱਕੋ ਇੱਕ ਸ਼ਬਦ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਜਿੰਦਾ ਹੈਡਿੰਗ ਸ਼ਬਦ ਦੇ ਆਰੰਭ ਤੋਂ ਵੱਖਰਾ ਹੈ, ਬਿਲਕੁਲ ਵੱਖਰਾ ਹੈ। ਉੱਪਰ ਇੱਕ ਤੁਕ ਛਾੜ ਮਨ ਬੇਮੁੱਖਣ ਕੋ ਸੰਗ, ਉਸ ਤੋਂ ਬਾਅਦ ਹੈਡਿੰਗ ਕਿ ਮਹੱਲਾ ਪੰਜਵਾਂ ਸੂਰਦਾਸ, ਉੱਪਰਲੇ ਹੈਡਿੰਗ ਵਿੱਚ ਸੂਰਦਾਸ ਦਾ ਨਾਂ ਵੀ ਕੋਈ ਤੇ ਮਹੱਲਾ ਪੰਜਵਾਂ ਤੇ ਹੈ ਕੋਈ ਨੀ। ਬੜਾ ਮੁਸ਼ਕਲ ਨਾਲ ਇਸ ਸ਼ਬਦ ਦੀ ਖੋਜ ਵਿੱਚੋਂ ਗੱਲ ਸਪਸ਼ਟ ਹੁੰਦੀ ਹੈ ਤੇ ਆਖਰੀ ਤੁਕ ਅੰਦਰ ਫੈਸਲਾ ਕਿੰਨਾ ਖੂਬਸੂਰਤ ਹੈ। ਗੁਰੂ ਅਰਜਨ ਪਾਤਸ਼ਾਹ ਤੇ ਸੂਰਦਾਸ ਮਿਲ ਬੈਠ ਕੇ ਕਰਦੇ ਨੇ ਤੇ ਕਹਿੰਦੇ ਨੇ ਸ਼ਾਮ ਸੁੰਦਰ ਤਾਜ ਆਨ ਜੋ ਚਾਹਤ,
ਇੱਕ ਪ੍ਰਭੂ ਨੂੰ ਛੱਡ ਕੇ ਜਿਹੜੀਆਂ ਆ ਜਿਹੜੇ ਆਪਣੀਆਂ ਪਦਾਰਥਿਕ ਲੋਭ ਲਾਲਚ ਦੀਆਂ ਤੇ ਪਦਵੀਆਂ ਤੇ ਭੁੱਖ ਦੀਆਂ ਇੱਛਾਵਾਂ ਨੂੰ ਪੂਰੀਆਂ ਕਰਨ ਵਾਸਤੇ ਬੇਮੁੱਖਾਂ ਦੀ ਸੰਗਤ ਤੇ ਉਹਨਾਂ ਦੇ ਗੁਲਾਮ ਹੁੰਦੇ ਨੇ। ਸੂਰਦਾਸ ਕਹਿੰਦੇ ਨੇ ਮੈਨੂੰ ਕੀ ਦਿਸਦੇ ਨੇ, ਉਧਰ ਕਹਿੰਦੇ ਨੇ ਸੁੰਦਰ ਬਦਨਾ ਲੋਕ, ਇਧਰ ਕਹਿੰਦੇ ਨੇ ਮੈਨੂੰ ਕੀ ਦਿਸਦੇ ਨੇ। ਬਾਣੀ ਦਾ ਫੈਸਲਾ ਕਹਿੰਦੇ ਨੇ ਮੈਨੂੰ ਦਿਸਦਾ ਕੀ ਹੈ, ਜੋਕ ਦਾ ਇੱਕ ਸੁਭਾਅ ਹੈ। ਆਪਾਂ ਜੋਕਾਂ ਆਮ ਦੇ ਸੁਣੀਆਂ ਹੋਈਆਂ ਨੇ, ਸਾਡੇ ਤਾਂ ਹੁਣ ਤਾਂ ਘੱਟ ਗਿਆ ਰਿਵਾਜ, ਪਹਿਲਾਂ ਬਹੁਤ ਰਿਵਾਜ ਸੀ। ਜੋਕ ਜਿਹੜੀ ਹੈ ਖੂਨ ਪੀਂਦੀ ਹੈ, ਕਈ ਲੋਕ ਆਪਣੇ ਅੰਗਾਂ ਤੇ ਜੋੜਾਂ ਤੇ ਜੋਕਾਂ ਲਵਾਉਂਦੇ ਸਨ, ਜੋਕ ਜਿੱਥੇ ਵੀ ਲੱਗ ਜਾਏ ਉੱਥੇ ਖੂਨ ਪੀਂਦੀ ਹੈ। ਖੂਨ ਪੀਣਾ ਉਹਦਾ ਆਹਾਰ ਹੈ, ਉਹਦਾ ਭੋਜਨ। ਗੁਰੂ ਕਹਿੰਦੇ ਨੇ ਸੰਸਾਰ ਅੰਦਰ ਪਦਾਰਥਵਾਦੀ ਲੋਕ ਜਿਹੜੇ ਨੇ ਉਹ ਵੀ ਖੂਨ ਸਮਝ ਕੇ ਇਹ ਪਦਾਰਥ ਦੁਨਿਆਵੀ ਭੁੱਖਾਂ ਜਿਹੜੀਆਂ ਨੇ ਉਹ ਉਹਨਾਂ ਦਾ ਖੁਰਾਕ ਭੋਜਨ ਬਣ ਗਈਆਂ ਨੇ। ਉਹ ਜਿੱਥੇ ਵੀ ਜਾਂਦੇ ਨੇ ਉੱਥੇ ਉਹ ਪਦਾਰਥ ਦੀ ਭੁੱਖ ਹੀ ਸਾਹਮਣੇ ਰੱਖਦੇ ਨੇ। ਜੇ ਗੁਰੂ ਕੋਲ ਵੀ ਆਉਂਦੇ ਨੇ ਇੱਥੇ ਵੀ ਉਹ ਪਦਾਰਥਾਂ ਦੀ ਭੁੱਖ ਲਈ ਆਉਂਦੇ ਨੇ। ਕਈ ਵਾਰ ਜੇ ਇੱਥੋਂ ਪਦਾਰਥ ਨਾ ਮਿਲੇ ਉਹ ਕਿਸੇ ਹੋਰ ਸਾਧ ਸੰਤ ਦੇ ਡੇਰੇ, ਇੱਥੋਂ ਨਾ ਮਿਲੇ ਕਿਸੇ ਮੜੀ ਮਸਾਨ ਨੂੰ ਪੂਜਣ ਤੇ, ਕਿਸੇ ਮੂਰਤੀਆਂ ਦੀ ਪੂਜਾ ਤੇ, ਵੱਖ ਉਹਨਾਂ ਨੂੰ ਮਕਸਦ ਹੋਰ ਕੋਈ ਨਹੀਂ ਹੁੰਦਾ। ਜਿੱਥੇ ਵੀ ਜਾਣਾ ਹੈ ਉਹਨਾਂ ਦਾ ਮਕਸਦ ਤਾਂ ਕੇਵਲ ਆਪਣਾ ਭੋਜਨ ਪ੍ਰਾਪਤ ਕਰਨਾ ਹੈ। ਜੋਕ ਵੱਲ ਉਹਨੂੰ ਅੰਗ ਦੇ ਕਿਸੇ ਵੀ ਤਣ ਤੇ, ਤਣ ਦੇ ਅੰਗ ਤੇ ਲਾ ਲਓ, ਉਹਨੇ ਖੂਨ ਪੀਣਾ। ਗੁਰੂ ਕਹਿੰਦੇ ਨੇ ਉਹਦਾ ਭੋਜਨ ਹੈ, ਚਲੋ ਮੰਨ ਲਓ ਚੰਗਾ। ਪਰ ਕਹਿਣ ਲੱਗੇ ਹੋਰ ਬਦਕਿਸਮਤੀ ਹੈ ਉਸ ਜੋਕ ਦੀ, ਜਿਹੜੀ ਜੋਕ ਆਪਣੇ ਪਦਾਰਥਵਾਦੀ ਭੁੱਖ ਤੇ ਇੱਛਾ ਦੀ ਖਾਤਰ ਨਿਰਾ ਖੂਨ ਹੀ ਪੀਣ ਦਾ ਮਸਲਾ ਨਹੀਂ ਆਇਆ, ਉਹ ਇਹ ਵੀ ਨਹੀਂ ਪਛਾਣ ਸਕਦੀ ਕਿ ਮੈਂ ਕਿਸ ਤਣ ਨੂੰ ਲੱਗ ਰਹੀ ਹਾਂ। ਲਓ ਕਿੱਡੀ ਗਹਿਰਾਈ ਵਿੱਚ ਗਏ ਨੇ ਗੁਰਬਾਣੀ ਵਿੱਚ। ਸੋਚ ਸਕੀ ਭਲੀਏ, ਜੇ ਤੈਨੂੰ ਪਦਾਰਥਵਾਦੀ ਸੋਚ ਸੀ ਕਮ ਸੇ ਕਮ ਇਹ ਤਾਂ ਸੋਚ ਲੈਂਦੀ ਹੋ ਮੈਂ ਕਿਸ ਤਣ ਤੇ ਖੂਨ ਪੀਣ ਲੱਗੀ ਹਾਂ। ਬਾਕੀ ਕਿੰਨੀ ਗਹਿਰਾਈ ਹੈ। ਕਹਿਣ ਲੱਗੇ ਜੋਕ ਵਾਲਾ ਜੀਵਨ ਤਾਂ ਸੀ, ਪਰ ਬਦਕਿਸਮਤ ਜੋਕ ਜਿਹੜੀ ਇਹ ਵੀ ਨਾ ਪਛਾਣ ਸਕੀ ਕਿ ਮੈਂ ਕਿਸ ਤਣ ਤੇ ਖੂਨ ਪੀਣ ਲਈ ਲੱਗ ਰਹੀ ਹਾਂ। ਸਤਿਗੁਰੂ ਸੂਰਦਾਸ ਦੀ ਨੂੰ ਮੁਖਾਤਬ ਕਰਕੇ ਕਹਿਣ ਲੱਗੇ ਜਿਹੜੇ ਬੇਮੁੱਖਾਂ ਦੀ ਸੰਗਤ ਵਿੱਚ ਬੈਠਦੇ ਨੇ ਨਾ ਪਦਾਰਥਾਂ ਦੀ ਖਾਤਰ, ਗੁਰੂ ਕਹਿੰਦੇ ਨੇ ਮੈਨੂੰ ਇਉਂ ਦਿਸਦਾ ਹੈ ਜਿਵੇਂ ਜੋਕ ਕਿਸੇ ਕੋੜੀ ਦੇ ਤਣ ਨੂੰ ਲੱਗ ਗਈ ਹੋਵੇ। ਬਾਣੀ ਦਾ ਫੈਸਲਾ ਕਹਿਣ ਲੱਗੇ ਜੋਕ ਤੇ ਹੈ ਪਰ ਕੋੜੀ ਦੇ ਤਣ ਨੂੰ ਲੱਗ ਗਈ, ਜਿੱਥੇ ਖੂਨ ਵੀ ਮਿਲਣਾ ਤੇ ਉਹ ਵੀ ਗੰਦਾ ਖੂਨ ਮਿਲਣਾ ਹੈ, ਉਹ ਵੀ ਛੂਤ ਦੀਆਂ ਬਿਮਾਰੀਆਂ ਦਾ ਖੂਨ ਮਿਲਣਾ ਹੈ। ਫੈਸਲਾ ਬਾਣੀ ਦਾ, ਗੁਰੂ ਕਹਿੰਦੇ ਨੇ ਸ਼ਿਆਮ ਸੁੰਦਰ ਤਾਜੇ ਜੋ ਚਾਹਤ, ਸ਼ਿਆਮ ਸੁੰਦਰ ਤਾਜੇ ਆਨ ਜੋ ਚਾਹਤ, ਜਿਉਂ ਕੁਸ਼ਤੀ ਤਨ ਜੋਕ, ਜਿਉਂ ਕੋੜੀ ਦੇ ਕੁਸ਼ਤੀ ਦੇ ਤਨ ਤੇ ਜੋਕ ਲੱਗੀ ਹੋਈ, ਜਿਉਂ ਕੁਸ਼ਤੀ ਤਨ ਜੋਕ, ਸ਼ਾਮ ਸੁੰਦਰ ਤਾਜੇ ਆਨ ਜੋ ਚਾਹਤ, ਜਿਉਂ ਕੁਸ਼ਤੀ
ਮਨ ਜੋਕ ਤਨ ਜੋਕ ਛੱਡ ਮਨ ਛੱਡ ਮਨ ਛੱਡ ਮਨ ਛੱਡ ਮਨ ਹਰ ਬਿਮੁਖਨ ਕੋ ਸੰਗ ਹਰ ਬਿਮੁਖਨ ਕੋ ਸੰਗ ਛੱਡ ਮਨ ਛੱਡ ਮਨ ਛੱਡ ਮਨ ਛੱਡ ਮਨ ਹਰ ਬਿਮੁਖਨ ਕੋ ਸੰਗ ਹਰ ਬਿਮੁਖਨ ਕੋ ਸੰਗ ਹਰ ਬਿਮੁਖਨ ਕੋ ਸੰਗ ਹਰ ਬਿਮੁਖਨ ਕੋ ਸੰਗ ਛੱਡ ਮਨ ਛੱਡ ਮਨ ਗੁਰੂ ਅਰਜਨ ਪਾਤਸ਼ਾਹ ਤੇ ਭਗਤ ਸੂਰਦਾਸ ਮਿਲ ਬੈਠ ਕੇ ਮਨ ਨੂੰ ਸਮਝਾਉਂਦੇ ਨੇ ਤੇ ਸਾਨੂੰ ਪ੍ਰੇਰਨਾ ਦਿੰਦੇ ਨੇ ਸਾਰੇ ਹੀ ਆਪਣੇ ਮਨ ਨਾਲ ਇੱਕ ਫੈਸਲਾ ਕਰਿਓ ਮਨ ਨੂੰ ਸੰਬੋਧਨ ਕਰਕੇ ਇੱਕ ਗੱਲ ਸਮਝਾ ਦਿਓ ਦੇਖੋ ਮਨ ਬੇਮੁੱਖਾਂ ਦਾ ਸੰਗ ਛੱਡ ਦੇ ਨਹੀਂ ਤਾਂ ਜਿਉਂ ਕੁਸ਼ਤੀ ਤਨ ਜੋਕ ਵਾਲੀ ਹਾਲਤ ਹੋਵੇਗੀ ਇਹ ਛੂਤ ਦੀ ਬਿਮਾਰੀ ਹਰ ਪਾਸੇ ਬੇਮੁੱਖਤਾ ਫੈਲਾ ਦੇਵੇਗੀ ਫਿਰ ਸਾਨੂੰ ਇਹ ਬੇਮੁੱਖਤਾ ਸੰਭਾਲਣੀ ਔਖੀ ਹੋਵੇਗੀ ਇਹਨਾਂ ਸ਼ਬਦਾਂ ਨਾਲ ਖਿਮਾ ਦਾ ਜਾ ਚੇ ਖਾਂ ਫਤਿਹ ਬੁਲਾਓ ਵਾਹਿਗੁਰੂ